ਅਸੀਂ ਕਿਉਂਕਿ ਜੋੜਨ ਖਾਤਰ ਆਏ ਆ, ਤੋੜਨ ਖਾਤਰ ਨਹੀਂ ਆਏ। ਅਸੀਂ ਸ਼ਹਿਰ ਨੂੰ ਇਕੱਠਾ ਕਰਨਾ। ਮੈਨੂੰ ਕਾਬਲ ਸਮਝ ਉਹਨਾਂ ਨੇ ਮੈਨੂੰ ਟਿਕਟ ਦਿੱਤੀ ਵੀ ਜੇ ਇੰਨਾ ਜਿੰਨਾ ਜ਼ੋਰ ਤੁਸੀਂ ਵਿਰੋਧ ਕਰਨ ਤੇ ਹਰਾਉਣ ਤੇ ਲਾ ਦਿੰਦੇ ਉਹਨਾਂ ਜਿਤਾਉਣ ਤੇ ਲਾ ਦਿਓ। ਜੇ ਮੈਂ ਕਹਾਂ ਵੀ ਅੱਜ ਮੈਂ ਜਿੱਤ ਗਿਆ ਤਾਂ ਕੱਲ ਨੂੰ ਹੋਰ ਕੋਈ ਬੰਦਾ ਹੀ ਨਾ ਖੜਾ ਹੋਏਗਾ, ਮੇਰੇ ਮੁੰਡੇ ਨੂੰ ਮਿਲ ਜੇ, ਉਸ ਤੋਂ ਬਾਅਦ ਮੇਰੇ ਪੋਤੇ ਨੂੰ ਮਿਲ ਜੇ। ਬਹੁਤ ਸ਼ੁਕਰੀਆ ਜਿੰਨੀ ਵੀ ਸੰਗਤ ਪਹੁੰਚੀ ਹੈ ਮੇਰੇ ਤੋਂ। ਬਹੁਤ ਬੰਦਿਆਂ ਨੂੰ ਮੈਸੇਜ ਨਹੀਂ ਲੱਗੇ, ਬਹੁਤ ਬੰਦਿਆਂ ਨੂੰ ਮੇਰੇ ਤੋਂ ਕਿਹਾ ਨਹੀਂ ਗਿਆ ਕੁਛ। ਮੈਂ ਚੋਣ ਜ਼ਾਬਤੇ ਦੀਆਂ ਵੀ ਜਿੰਨੀਆਂ ਵੀ ਉਹਨਾਂ ਦੀਆਂ ਰੂਲ ਐਂਡ ਰੈਗੂਲੇਸ਼ਨ ਸੀ ਉਹਨਾਂ ਨੂੰ ਵੀ ਫੋਲੋ ਕਰਕੇ ਘੱਟ ਕੀਤਾ ਸੀ, ਪਰ ਜਿੰਨੇ ਵੀ ਲੋਕ ਪਹੁੰਚੇ ਨੇ, ਜਿੰਨੇ ਆਸ਼ੀਰਵਾਦ ਅੰਕਲ ਹੋਣੀ ਪਹੁੰਚੇ ਨੇ, ਸਾਰੇ ਸ਼ਹਿਰ ਦੀਆਂ ਪੁੱਜੀਆਂ ਹੋਈਆਂ ਸ਼ਖਸੀਅਤਾਂ ਪਹੁੰਚੀਆਂ, ਬਹੁਤ ਬਹੁਤ ਸ਼ੁਕਰੀਆ ਕਰਦਾ। ਲਗਾਤਾਰ ਵਿਰੋਸੀਆ ਦੇ ਨਾਲ ਜੋੜਨ ਦੀ ਗੱਲਾਂ ਕਿਵੇਂ ਹੋਣਗੀ? ਸਿਆਸਤ ਹੁਣ ਸਿਆਸਤ ਦੇ ਪੈਰ ਧਰਿਆ, ਅੱਜ ਆਗਾਜ਼ ਕਰ ਰਹੇ ਹੋ, ਕਿਸ ਤਰ੍ਹਾਂ ਜੋੜੋਗੇ? ਜਿਹੜੇ ਵਰਕਰ ਸੀ ਰੁੱਸੇ ਹੋਏ ਨੇ ਕੁਝ? ਨਹੀਂ ਨਹੀਂ, ਸਾਡਾ ਦੇਖੋ ਜੀ, ਇਸ ਤਾਂ ਪਹਿਲੇ ਦਿਨ ਇਹ ਕਹਿਣਾ ਵੀ ਸਾਡਾ ਪਰਿਵਾਰ ਹੈ, ਪਰਿਵਾਰ ਵੱਡਾ ਹੈ, ਵੱਡੇ ਪਰਿਵਾਰ 'ਚ ਰੁੱਸੇ ਵੀ ਹੋ ਜਾਂਦੇ ਨੇ। ਸੋ ਅਸੀਂ ਕੋਸ਼ਿਸ਼ ਤਾਂ ਸਾਡੀ ਇਹ ਹੈ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ। ਅਸੀਂ ਕਿਉਂਕਿ ਜੋੜਨ ਖਾਤਰ ਆਏ ਹਾਂ, ਤੋੜਨ ਖਾਤਰ ਨਹੀਂ ਆਏ। ਅਸੀਂ ਸ਼ਹਿਰ ਨੂੰ ਇਕੱਠਾ ਕਰਨਾ, ਅਸੀਂ ਰਾਜਨੀਤੀ ਕਰਕੇ ਸਾਡੇ ਸ਼ਹਿਰ ਦੇ ਬਹੁਤ ਖਿਲਾਰੇ ਪਏ ਹੋਏ ਨੇ, ਅਸੀਂ ਇਹਨੂੰ ਇਕੱਠਾ ਕਰਨ ਦੀ ਨੀਤੀ 'ਤੇ ਚੱਲੇ ਹੋਏ ਹਾਂ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਰਿਆਂ ਨੂੰ ਨਾਲ ਲੈ ਕੇ ਚੱਲੋ। ਟਿਕਟ ਨੂੰ ਲੈ ਕੇ ਹੋਰ ਵੀ ਜਿਹੜੇ ਕਈ ਟਿਕਟਾਂ ਜਿਹੜੀਆਂ ਅਨਾਊਂਸ ਹੋਈਆਂ ਨੇ, ਉਹਨਾਂ 'ਚ ਬੜੀ ਨਾਰਾਜ਼ਗੀ ਦੇਖਣ ਨੂੰ ਮਿਲੀ, ਕਈ ਪਾਰਟੀ ਵੀ ਛੱਡ ਗਏ, ਉਸ ਬਾਰੇ ਕੀ ਕਹੋਗੇ? ਪਤਾ ਕੀ ਗੱਲ ਹੈ ਬਾਈ, ਟਿਕਟ ਤਾਂ ਹੁਣ ਇੱਕ ਹੈ, ਠੀਕ ਹੈ? ਹੁਣ ਜੇ ਉਹ 12 ਬੰਦੇ ਨੇ ਤਾਂ 12 ਚੋਂ ਇੱਕ ਨੂੰ ਟਿਕਟ ਮਿਲਣੀ ਹੈ। ਮੈਨੂੰ ਕਾਬਲ ਸਮਝ ਉਹਨਾਂ ਨੇ ਮੈਨੂੰ ਟਿਕਟ ਦਿੱਤੀ, ਮੈਨੂੰ ਲੱਗਦਾ ਨਹੀਂ ਵੀ ਕੋਈ ਇਹੋ ਜਿਹੀ ਰੋਸੇ ਵਾਲੀ ਗੱਲ ਹੈ। ਜਿਨ੍ਹਾਂ ਨੂੰ ਪਹਿਲਾਂ ਟਿਕਟ ਮਿਲੀ ਸੀ ਅਸੀਂ ਵੀ ਉਹਨਾਂ ਦਾ ਸਮਰਥਨ ਕਰਿਆ, ਸਾਡੇ ਘਰਦਿਆਂ ਨੇ ਵੋਟਾਂ ਪਾਈਆਂ ਨੇ, ਸਾਰਿਆਂ ਨੇ ਵੋਟਾਂ ਪਾਈਆਂ ਨੇ। ਸੋ ਮੈਨੂੰ ਲੱਗਦਾ ਨਹੀਂ ਵੀ ਕੋਈ ਅਸਤੀਫੇ ਵਾਲੀ ਜਾਂ ਕੋਈ ਨਾਰਾਜ਼ਗੀ ਵਾਲੀ ਇੱਦਾਂ ਦੀ ਗੱਲ ਹੋਣੀ ਚਾਹੀਦੀ ਹੈ। ਜਦੋਂ ਜਦੋਂ ਜਿਹਦਾ ਜਿਹਦਾ ਟਾਈਮ ਆਇਆ ਸਭ ਨੂੰ ਮੌਕਾ ਮਿਲਿਆ, ਹੈ ਨਾ। ਮੈਨੂੰ ਇਹ ਲੱਗਦਾ ਵੀ ਜਿਹੜੇ ਜਿਹੜੇ ਮੇਰੇ 'ਤੇ ਨਾਰਾਜ਼ਗੀ ਕਰ ਰਹੇ ਨੇ ਉਹਨਾਂ ਨੂੰ ਇੱਕ ਇੱਕ ਵਾਰੀ ਟਿਕਟ ਮਿਲ ਵੀ ਚੁੱਕੀ ਹੈ। ਸੋ ਮੈਨੂੰ ਕਿਤੇ ਲੱਗਦਾ ਨਹੀਂ ਹੈਗਾ ਸੈਂਸ ਵੀ ਹਮੇਸ਼ਾ ਵੀ ਮੈਨੂੰ ਇਹ ਲੱਗਦਾ ਵੀ ਨਵੇਂ ਨਵੇਂ ਬੰਦੇ ਨੂੰ ਮੌਕਾ ਮਿਲਣਾ ਚਾਹੀਦਾ। ਜੇ ਮੈਂ ਕਹਾਂ ਵੀ ਅੱਜ ਮੈਂ ਜਿੱਤ ਗਿਆ ਤਾਂ ਕੱਲ ਨੂੰ ਹੋਰ ਕੋਈ ਬੰਦਾ ਹੀ ਨਾ ਖੜਾ ਹੋਏਗਾ, ਮੇਰੇ ਮੁੰਡੇ ਨੂੰ ਮਿਲ ਜੇ, ਉਸ ਤੋਂ ਬਾਅਦ ਮੇਰੇ ਪੋਤੇ ਨੂੰ ਮਿਲ ਜੇ, ਸਾਡੇ ਟੱਬਰ 'ਚ ਹੀ ਰਹੇ। ਇਹ ਸਰਕਾਰੀ ਅਹੁਦਾ, ਲੋਕਾਂ ਦਾ ਅਹੁਦਾ, ਲੋਕਾਂ ਨੇ ਜਿਹਨੂੰ ਦੇਣਾ ਉਹਨੂੰ ਦੇ ਦੇਣਾ। ਛੋਟੇ ਵੱਡੇ ਭਾਈ ਮੰਨਦੇ ਹੋ ਤੁਸੀਂ ਉਹਨਾਂ ਨੂੰ ਵੀ, ਤੇ ਕੀ ਉਹਨਾਂ ਨੂੰ ਘਰੇ ਜਾ ਕੇ ਤੁਸੀਂ ਮਨਾਉਣ ਦੀ ਕੋਸ਼ਿਸ਼ ਕਰੋਗੇ? ਮੈਂ ਤਾਂ ਬਾਈ ਗੁਹਾਰ ਲਾ ਰਿਹਾ, ਮੈਂ ਤੁਹਾਡੇ ਜ਼ਰੀਏ ਵੀ ਗੁਹਾਰ ਲਾਉਣਾ ਵੀ ਭਾਈ ਤੁਸੀਂ ਮੇਰੇ ਭਰਾ ਹੋ, ਮੈਂ ਤੁਹਾਨੂੰ ਭਾਈ ਮੰਨਦਾ। ਜੇ ਤੁਸੀਂ ਮੈਨੂੰ ਭਾਈ ਮੰਨਦੇ ਹੋ ਤਾਂ ਤੁਹਾਨੂੰ ਜ਼ਰੂਰ ਆਉਣਾ ਚਾਹੀਦਾ ਬਾਈ, ਮੈਂ ਤਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ। ਜਿੰਨਾ ਹੋਰ ਖਿੱਚੋ ਤਣੀ ਤੇ ਜ਼ੋਰ ਲੱਗ ਰਿਹਾ, ਜੇ ਇੰਨਾ ਵਿਕਾਸ ਤੇ ਲੱਗ ਜਾਂਦਾ ਕੀ ਵਧੀਆ ਨਹੀਂ? ਆਹੀ ਗੱਲ ਹੈ ਨਾ, ਆਹੀ ਕੁਐਸਚਨ, ਜੇ ਤੁਸੀਂ ਇਹ ਜਵਾਬ ਵੀ ਹੈ ਤੇਰਾ ਸਵਾਲ ਵੀ ਹੈ ਵੀ ਜੇ ਇੰਨਾ ਜਿੰਨਾ ਜ਼ੋਰ ਤੁਸੀਂ ਵਿਰੋਧ ਕਰਨ ਤੇ ਹਰਾਉਣ ਤੇ ਲਾ ਦਿੰਦੇ, ਉਹਨਾਂ ਜਿਤਾਉਣ ਤੇ ਲਾ ਦਿਓ, ਸ਼ਹਿਰ ਸ਼ਹਿਰ ਦਾ ਕੁਝ ਬਣ ਜਾਏ। ਕਾਂਗਰਸ ਪਾਰਟੀ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ, ਤੂੰ ਮਸੇਰਾ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ। ਹਾਂਜੀ ਬਾਈ ਜੀ, ਕਿਹੜੇ ਮੁੱਦਿਆਂ ਨੂੰ ਲੈ ਕੇ ਚੱਲੋ, ਕਿਹੜੇ ਮੇਨ ਮੁੱਦੇ ਨੇ ਜਿਹੜੇ? ਮੁੱਦੇ ਤੁਹਾਨੂੰ ਮੈਂ ਦੱਸਦਾ ਜੀ, ਇੱਕ ਇੱਕ ਆਪਣੇ ਭਾਈ ਗੁਰਦਾਸ ਵਾਲਾ ਛੱਪੜ, ਤੁਸੀਂ ਦੇਖਿਆ ਹੋਣਾ ਕੁਝ ਸਾਰਿਆਂ ਨੇ, ਕੱਲ੍ਹ ਵੀ ਇੱਕ ਮੇਰੇ ਤੋਂ ਕੁਐਸਚਨ ਪੁੱਛਿਆ ਸੀ। ਉਹ ਛੱਪੜ ਦੇ ਜੀ ਪਿਛਲੇ 15 ਸਾਲਾਂ 'ਤੇ ਰਾਜਨੀਤੀ ਹੋ ਰਹੀ ਹੈ, ਸਾਡੇ ਜਿਹੜੇ ਪਿਛਲੇ ਸਾਬਕਾ MLA ਸਾਹਿਬ ਸੀਗੇ ਜਿਹੜੇ ਵਿਰੋਧ ਦੇ ਵਿੱਚ ਵੀ ਨੇ ਮੇਰੇ, ਜਿਨ੍ਹਾਂ ਨੇ ਬਿਆਨ ਵੀ ਦਿੱਤੇ ਸੀ, ਮੈਂ ਉਹਨਾਂ ਨੂੰ ਵੀ, ਉਹਨਾਂ ਨੇ ਵੀ ਉਹ ਗੱਲ ਕੀਤੀ ਸੀ ਵੀ ਮੈਂ ਛੱਪੜ ਦਾ, ਮੈਂ ਭਾਈ ਗੁਰਦਾਸ ਦੀ ਧਰਤੀ 'ਤੇ ਖੜਾ, ਮੈਂ ਛੱਪੜ ਚੁਕਾਊਂ। ਜਿਹੜੇ ਹਿਮਾਲਿਆ ਪਰਬਤ ਬਣੇ ਹੋਏ ਨੇ ਜੀ, ਉਹ ਜਿਹੜੇ ਐਡੇ ਐਡੇ ਪਹਾੜ ਬਣੇ ਪਏ ਨੇ ਜੀ, ਉਹਨਾਂ ਦਾ ਕੀ ਬਣੂ? ਉਹ ਪਹਾੜ ਪਤਾ ਕੀ ਗੱਲ ਹੈ ਬਾਈ, ਹੁਣ ਉਹ ਡੰਪ ਹੈ, ਉਹ ਸ਼ਹਿਰ ਦਾ ਡੰਪ ਕਿਤੇ ਨਾ ਕਿਤੇ ਤਾਂ ਜਾਊਗੀ, ਠੀਕ ਹੈ? ਉਹਨੂੰ ਆਪਾਂ ਕਿਤੇ ਨਾ ਕਿਤੇ, ਉਹੀ ਗੱਲ ਨਾ ਵੀ ਕੋਈ ਨਾ ਕੋਈ ਸਾਰਥਕ ਹੱਲ ਕੱਢਣਾ ਉਸ ਚੀਜ਼ ਦਾ। ਹੁਣ ਉਹ ਡੰਪ ਹੈ, ਹੁਣ ਉਹ ਜਿਹੜਾ ਯਾਨੀ ਕਿ ਜਿਹੜਾ ਕੂੜਾ ਕਰਕਟ ਆ, ਉਹ ਸਾਰੇ ਸ਼ਹਿਰ ਦਾ, ਉਹ ਕੱਲਾ ਮੇਰਾ ਨਹੀਂ, ਕੱਲਾ ਅੰਕਲ ਹੋਣਾ ਨਹੀਂ, ਕੱਲਾ ਤੁਹਾਡਾ ਨਹੀਂ, ਹੈ ਨਾ, ਉਹ ਸਾਰਾ ਉਹਦਾ ਦਾ, ਯਾਨੀ ਕਿ ਕੋਈ ਨਾ ਕੋਈ ਨਗਰ ਕੌਂਸਲ ਦਾ ਸਾਰਥਕ ਅਸੀਂ ਸਾਰੇ ਰਲ ਮਿਲ ਕੇ ਹੱਲ ਕਰਾਂਗੇ। ਹੁਣ ਜਿਵੇਂ ਛੱਪੜ ਦੀ ਤੁਸੀਂ ਵਿੱਚ ਗੱਲ ਸੀਗੀ, ਛੱਪੜ ਦੇ ਯਾਨੀ ਕਿ 15 ਸਾਲਾਂ ਤੋਂ ਰਾਜਨੀਤੀ ਹੋਈ, ਮੈਂ 15 ਦਿਨਾਂ ਦੇ ਵਿੱਚ ਉਹਦੇ ਟੈਂਡਰ ਲਵਾ ਕੇ ਵਰਕ ਆਰਡਰ ਕਢਾਤਾ ਸੀ, ਬਸ ਕੰਮ ਉਹਦਾ ਸ਼ੁਰੂ ਵੀ ਹੋ ਗਿਆ। ਹੁਣ ਥੋੜ੍ਹੀਆਂ ਥੋੜ੍ਹੀਆਂ ਅੜਚਣਾਂ ਹਜੇ ਵੀ ਆਈਆਂ ਨਹੀਂ ਆ ਸਰਕਾਰੀ, ਪਰ ਉਹ ਅਸੀਂ ਕਰ ਲਾਂਗੇ ਅਸੀਂ, ਯਾਨੀ ਕਿ ਸਾਰੇ ਅਸੀਂ ਯਾਨੀ ਕਿ ਇਸ ਕੰਮ ਦੇ ਵਿੱਚ ਅਸੀਂ ਲੱਗੇ ਹੋਏ ਹਾਂ। ਕੱਲ੍ਹ ਜਿਹੜਾ ਇੱਕ ਇਕੱਠ ਕੀਤਾ ਗਿਆ ਸੀ ਭਾਈ ਗੁਰਦਾਸ ਕੋਲ, ਉੱਥੇ ਲੋਕਾਂ ਦਾ ਕਹਿਣਾ ਸੀ ਵੀ ਸਾਨੂੰ ਦੱਸਿਆ ਨਹੀਂ ਗਿਆ ਸਿੱਧੂ ਮੂਸੇਵਾਲਾ ਆਊਗਾ, ਸਾਨੂੰ ਇਹ ਕਹਿ ਕੇ ਬੁਲਾਇਆ ਸੀ ਵੀ ਇਕੱਠ ਕਰਨਾ ਮਸਲੇ ਹੱਲ ਕਰਾਉਣ ਵਾਸਤੇ। ਪਤਾ ਕੀ ਗੱਲ ਹੈ ਜੀ, ਅਫਵਾਹਾਂ ਕਈ ਨੇ, ਹੁਣ ਅੱਜ ਜੇ ਅੱਜ ਇੱਥੇ ਵੀ ਕਹਿ ਦੇਣਗੇ ਵੀ ਨਹੀਂ ਦਫ਼ਤਰ ਖੋਲ੍ਹਣ ਦੇ ਬਹਾਨੇ ਸੱਦੇ, ਤਾਂ ਊਂ ਬੁਲਾਇਆ ਸੀ, ਹੈ ਨਾ। ਉਹ ਗੱਲਾਂ ਦਾ ਤਾਂ ਕਿੰਨੀਆਂ, ਉਹ ਕਹਿੰਦੇ ਗੱਲਾਂ ਦਾ ਕੜਾ ਜਿੰਨਾ ਮਰਜ਼ੀ ਕਰੀ ਚੱਲੋ, ਹੈ ਨਾ। ਪਿੰਡਾਂ 'ਚ ਜਾਂਦੇ ਕਿੱਦਾਂ ਦਾ ਰਿਸਪੋਂਸ ਮਿਲ ਰਿਹਾ? ਪਿੰਡਾਂ 'ਚ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ, ਸਾਰੇ ਵਧੀਆ ਪਿਆਰ ਕਰਦੇ ਨੇ। ਦੇਖੋ ਵਖਰੇਵੇਂ ਹੁੰਦੇ ਨੇ, ਇਹ ਪੋਲੀਟੀਕਲ ਜਿਹੜੀ ਫੀਲਡ ਹੈ, ਮੈਂ ਇੱਕ ਕਲਾਕਾਰ ਹਾਂ, ਕਲਾਕਾਰ ਵਾਲਾ ਰੂਪ ਅੱਡ ਹੈ। ਜਦੋਂ ਆਪਾਂ ਕਿਸੇ ਧੜੇ ਨਾਲ ਜੁਆਇਨ ਹੋ ਜਾਂਦੇ ਹਾਂ ਤਾਂ ਧੜਿਆਂ ਨਾਲ ਤਾਂ ਧੜਿਆਂ ਦੀ ਖਹਿਬਾਜ਼ੀ ਹੁੰਦੀ ਹੋਈ। ਸੋ ਜਿੰਨੇ ਲੋਕ ਪਿਆਰ ਕਰਨ ਵਾਲੇ ਨੇ, ਜਿਹੜੇ ਫਿਰ ਵੀ ਉਹ ਤੋਂ ਉੱਤੇ ਉੱਠ ਕੇ ਵੀ ਲੋਕ ਪਿਆਰ ਕਰ ਰਹੇ ਨੇ, ਸੋ ਵਧੀਆ ਰਿਸਪੋਂਸ ਮਿਲ ਰਿਹਾ। ਸਿੱਧੂ ਸਮਾਂ ਕਾਫੀ ਥੋੜ੍ਹਾ ਮਿਲਿਆ ਵੀਰੇ, ਹੁਣ ਵੀ ਸਮਾਂ ਘੱਟ ਹੈਗਾ। ਮੰਗਤ ਰਾਏ ਬਾਸਲ ਜੀ ਨਾਲੋਂ ਤਾਂ ਵੱਧ ਮਿਲ ਗਿਆ।